ਮੋਹਾਲੀ ਜ਼ਿਲ੍ਹੇ ਦੇ ਮੁੱਲਾਪੁਰ 메ਨ ਬਾਜ਼ਾਰ ਤੇ ਕਾਫੀ ਦੇਰ ਇੱਕ ਨੌਜਵਾਨ ਵੱਲੋਂ ਹੰਗਾਮਾ ਕੀਤਾ ਗਿਆ ਹੱਥਾਂ ਦੇ ਵਿੱਚ ਇੱਟ ਪੱਥਰ ਲੈ ਕੇ ਜਿਹੜੀ ਵੀ ਗੱਡੀ ਮਿਲ ਰਹੀ ਸੀ ਉਹਨੂੰ ਉਹਦਾ ਸ਼ੀਸ਼ਾ ਭੰਦਾ ਨਜ਼ਰ ਆ ਰਿਹਾ ਸੀਗਾ ਜੋ ਵੀ ਉਹਦੇ ਸਾਹਮਣੇ ਆ ਰਿਹਾ ਸੀਗਾ ਉਹਦੇ ਨਾਲ ਕੁੱਟਮਾਰ ਕਰ ਰਿਹਾ ਸੀਗਾ ਹਾਲਾਂਕਿ ਕਾਫੀ ਦੇਰ ਇਹ ਹੰਗਾਮਾ ਚੱਲਦਾ ਰਿਹਾ ਲੋਕਾਂ ਦੇ ਵਿੱਚ ਕਾਫੀ ਸਹਿਮ ਦਾ ਮਾਹੌਲ ਹੋ ਗਿਆ ਸੀਗਾ ਕਿ ਆਖਿਰ ਇਹ ਹੋਇਆ ਕੀ ਹੈ ਕਿਉਂਕਿ ਜੋ ਵੀ ਲਗਜ਼ਰੀ ਗੱਡੀ ਤੇ ਵੀ ਸ਼ੀਸ਼ੇ ਭੰਨੇ ਗਏ ਉੱਥੇ ਹੋਰ ਜਿੰਨੀ ਵੀ ਗੱਡੀਆਂ ਖੜੀ ਸੀ ਉਹਦੇ ਤੇ ਜਿਹੜੀ ਇਹ ਸ਼ੀਸ਼ੇ ਭੰਨੇ ਗਏ ਜਿਹੜਾ ਵੀ ਸਾਹਮਣੇ ਆ ਰਹੇ ਸੀਗਾ ਉਹਦੇ ਤੇ ਅਟੈਕ ਕਰ ਦਿਆ ਸੀਗਾ ਹੁਣ ਤੱਕ ਦੀ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਸਿਸਵਾ ਦਾ ਰਹਿਣ ਵਾਲਾ ਜਿਹੜੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਇਹ ਮੈਂਟਲੀ ਡਿਸਟਰਬ ਹੈ ਤੇ ਇਹਦੀ ਮੈਡੀਸਿਨ ਚੱਲ ਰਹੀ ਹੈ ਲੇਕਿਨ ਸਵਾਲੀਆ ਨਿਸ਼ਾਨ ਇਹ ਹੈ ਕਿ ਆਖਿਰ ਇਸ ਨੂੰ ਖੁੱਲਾ ਕਿਉਂ ਛੱਡਿਆ ਗਿਆ ਕਿਸੇ ਤਰ੍ਹਾਂ ਦਾ ਕੋਈ ਇਹਦੇ ਨਾਲ ਕੋਈ ਪਰਿਵਾਰਿਕ ਮੈਂਬਰ ਕਿਉਂ ਨਹੀਂ ਸੀਗਾ ਕਿਉਂਕਿ ਕਈ ਲੋਕ ਕਾਨੂੰਨ ਦੇ ਵਿੱਚ ਛੱਟਾਂ ਵੀ ਬੱਜੀਆਂ ਕਿਉਂਕਿ ਇਹਨੇ ਅਚਾਨਕ ਪਥਰਾਵ ਵੀ ਕੀਤਾ ਹਾਲਾਂਕਿ ਕਾਫੀ ਗੱਡੀਆਂ ਦਾ ਵੀ ਡੈਮੇਜ ਕੀਤਾ ਔਰ ਕਾਫੀ ਦੇਰ ਕਹਿ ਸਕਦੇ ਹਾਂ ਕਿ ਕਰੀਬ 1 ਘੰਟਾ ਇਹ ਉੱਥੇ ਹੰਗਾਮਾ ਕਰਦਾ ਰਿਹਾ ਜਿਹੜੀ ਮੇਨ ਮਾਰਕੀਟ ਹੈ ਮੁੱਲਾਪੁਰ ਦੀ ਕਈ ਗੱਡੀਆਂ ਜਿਹੜੀ ਹੈ ਪੰਨੀਆਂ ਹਾਲਾਂਕਿ ਹੁਣ ਫਿਰ ਮੌਕੇ ਤੇ ਪੁਲਿਸ ਨੂੰ ਬੁਲਾਇਆ ਪੁਲਿਸ ਹੁਣੀ ਨੂੰ ਹਸਪਤਾਲ ਲੈ ਕੇ ਗਈ ਹੈ ਪਹਿਲਾਂ ਇਹਦਾ ਇਲਾਜ ਕਰਾਇਆ ਜਾਏਗਾ ਕਿਉਂਕਿ ਜਿਹੜੇ ਪਰਿਵਾਰਿਕ ਮੈਂਬਰ ਕਹ ਆ ਜਿਹੜਾ ਡਿਸਟਰਬ ਚੱਲ ਰਿਹਾ ਇਸ ਕਰਕੇ ਇਹ ਅਚਾਨਕ ਬਾਹਰ ਆਇਆ ਗਿਆ ਹਾਲਾਂਕਿ ਹੁਣ ਪੂਰਾ ਕੀ ਮਾਮਲਾ ਹੈ ਮੈਂਟਲੀ ਡਿਸਟਰਬ ਹੈਗਾ ਜਾਂ ਨਹੀਂ ਹੈਗਾ ਜਾਂ ਕੋਈ ਨਸ਼ਾ ਕੀਤਾ ਹੋਇਆ ਸੀਗਾ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਵੀ ਇਨਵੈਸਟੀਗੇਸ਼ਨ ਕਰ ਰਹੀ ਹੈ ਪੁਲਿਸ ਨੇ ਹੁਣ ਕਾਬੂ ਕਰ ਲਿਆ ਕਿਉਂਕਿ ਉੱਥੇ ਕਾਫੀ ਭੀੜ ਇਕੱਠੀ ਹੋ ਗਈ ਸੀ ਤੇ ਇਹਨੂੰ ਦਬੋਚ ਕੇ ਇਹਨੂੰ ਇਹਨੂੰ ਕੁੱਟਿਆ ਗਿਆ ਉੱਥੇ ਕਿਉਂਕਿ ਦੱਸਿਆ ਜਾ ਰਿਹਾ ਕਿ ਇਹ ਲੋਕਾਂ ਨੂੰ ਲਗਾਤਾਰ ਜੋ ਵੀ ਸਾਹਮਣੇ ਆ ਰਹੇ ਸੀਗਾ ਉਹਦੇ ਨਾਲ ਕੁੱਟਮਾਰ ਕਰ ਰਿਹਾ ਸੀਗਾ ਲੇਕਿਨ ਬਾਅਦ ਚ ਪਤਾ ਲੱਗਾ ਕਿ ਇਹ ਮੈਂਟਲੀ ਡਿਸਟਰਬ ਹੈ ਜੀ ਮੈਡੀਸਿਨ ਚੱਲ ਰਹੀ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਇਸ ਅੱਜ ਪੁਲਿਸ ਵੱਲੋਂ ਕਾਬੂ ਕਰ ਲਈ ਗਈ। ਮੌਹਲੀ ਤੋਂ ਕੈਮਰਾਮੈਨ ਅਜੀ ਕੁਮਾਰ ਨਾਲ ਮਨੋਜ ਰਾਠੀ ਨਿਊਜ਼ 8 ਦੀ ਟੀਮ। ਮੌਹਲੀ ਜ਼ਿਲ੍ਹੇ ਦੇ ਮੁੱਲਾਪੁਰ ਮੇਨ ਬਾਜ਼ਾਰ ਤੇ ਕਾਫੀ ਦੇਰ ਇੱਕ ਨੌਜਵਾਨ ਵੱਲੋਂ ਹੰਗਾਮਾ ਕੀਤਾ ਗਿਆ। ਹੱਥਾਂ ਦੇ ਵਿੱਚ ਈਟ ਪੱਥਰ ਲੈ ਕੇ ਜਿਹੜੀ ਵੀ ਗੱਡੀ ਮਿਲ ਰਹੀ ਸੀ ਉਹਨੂੰ ਉਹਦਾ ਸ਼ੀਸ਼ਾ ਭੰਦਾ ਨਜ਼ਰ ਆ ਰਿਹਾ ਸੀਗਾ। ਜੋ ਵੀ ਉਹਦੇ ਸਾਹਮਣੇ ਆ ਰਿਹਾ ਸੀਗਾ ਉਹਦੇ ਨਾਲ ਕੁੱਟਮਾਰ ਕਰ ਰਿਹਾ ਸੀਗਾ। ਹਾਲਾਂਕਿ ਕਾਫੀ ਦੇਰ ਇਹ ਹੰਗਾਮਾ ਚੱਲਦਾ ਰਿਹਾ। ਲੋਕਾਂ ਦੇ ਵਿੱਚ ਕਾਫੀ ਸਹਿਮ ਦਾ ਮਾਹੌਲ ਹੋ ਗਿਆ ਸੀਗਾ ਕਿ ਆਖਿਰ ਇਹ ਹੋਇਆ ਕੀ ਹੈ ਕਿਉਂਕਿ ਜੋ ਵੀ ਲਗਜ਼ਰੀ ਗੱਡੀ ਤੇ ਵੀ ਸ਼ੀਸ਼ੇ ਭੰਨੇ ਗਏ ਉੱਥੇ ਹੋਰ ਜਿੰਨੀ ਵੀ ਗੱਡੀਆਂ ਖੜੀ ਸੀ ਉਹਦੇ ਤੇ ਜਿਹੜੀ ਇਹ ਸ਼ੀਸ਼ੇ ਭੰਨੇ ਗਏ ਜਿਹੜਾ ਵੀ ਸਾਹਮਣੇ ਆ ਰਿਹਾ ਸੀਗਾ ਉਹਦੇ ਤੇ ਅਟੈਕ ਕਰ ਦਿਆ ਸੀਗਾ ਹੁਣ ਤੱਕ ਦੀ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਸਿਸਵਾ ਦਾ ਰਹਿਣ ਵਾਲਾ ਜਿਹੜੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਹੈ ਕਿ ਇਹ ਮੈਂਟਲੀ ਡਿਸਟਰਬ ਹੈ ਤੇ ਇਹਦੀ ਮੈਡੀਸਿਨ ਚੱਲ ਰਹੀ ਹੈ ਲੇਕਿਨ ਸਵਾਲੀਆ ਨਿਸ਼ਾਨ ਇਹ ਹੈ ਕਿ ਆਖਿਰ ਇਸ ਨੂੰ ਖੁੱਲਾ ਕਿਉਂ ਛੱਡਿਆ ਗਿਆ ਕਿਸੇ ਤਰ੍ਹਾਂ ਦਾ ਕੋਈ ਇਹਦੇ ਨਾਲ ਕੋਈ ਪਰਿਵਾਰਿਕ ਮੈਂਬਰ ਕਿਉਂ ਨਹੀਂ ਸੀਗਾ ਕਿਉਂਕਿ ਕਈ ਲੋਕ ਕਾਨੂੰਨ ਦੇ ਵਿੱਚ ਛੱਟਾਂ ਵੀ ਬੱਜੀਆਂ ਕਿਉਂਕਿ ਇਹਨੇ ਅਚਾਨਕ ਪਥਰਾਵ ਵੀ ਕੀਤਾ ਹਾਲਾਂਕਿ ਕਾਫੀ ਗੱਡੀਆਂ ਦਾ ਵੀ ਡੈਮੇਜ ਕੀਤਾ ਔਰ ਕਾਫੀ ਦੇਰ ਕਹਿ ਸਕਦੇ ਹਾਂ ਕਿ ਕਰੀਬ 1 ਘੰਟਾ ਇਹ ਉੱਥੇ ਹੰਗਾਮਾ ਕਰਦਾ ਰਿਹਾ ਜਿਹੜੀ ਮੇਨ ਮਾਰਕੀਟ ਹੈ ਮੁੱਲਾਪੁਰ ਦੀ ਕਈ ਗੱਡੀਆਂ ਜਿਹੜੀ ਹੈ ਪੰਨੀਆਂ ਹਾਲਾਂਕਿ ਹੁਣ ਫਿਰ ਮੌਕੇ ਤੇ ਪੁਲਿਸ ਨੂੰ ਬੁਲਾਇਆ ਪੁਲਿਸ ਹੁਣੀ ਨੂੰ ਹਸਪੀਟਲ ਲੈ ਕੇ ਗਈ ਹੈ ਪਹਿਲਾਂ ਇਹਦਾ ਇਲਾਜ ਕਰਾਇਆ ਜਾਏਗਾ ਕਿਉਂਕਿ ਜਿਹੜੇ ਪਰਿਵਾਰਿਕ ਮੈਂਬਰ ਕ ਆ ਜਿਹੜਾ ਡਿਸਟਰਬ ਚੱਲ ਰਿਹਾ ਹੈ ਇਸ ਕਰਕੇ ਇਹ ਅਚਾਨਕ ਬਾਹਰ ਆਇਆ ਗਿਆ ਹਾਲਾਂਕਿ ਹੁਣ ਪੂਰਾ ਕੀ ਮਾਮਲਾ ਹੈ ਮੈਂਟਲੀ ਡਿਸਟਰਬ ਹੈਗਾ ਹੈ ਨਹੀਂ ਹੈਗਾ ਜਾਂ ਕੋਈ ਨਸ਼ਾ ਕੀਤਾ ਹੋਇਆ ਸੀਗਾ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਵੀ ਇਨਵੈਸਟੀਗੇਸ਼ਨ ਕਰ ਰਹੀ ਹੈ ਪੁਲਿਸ ਨੇ ਹੁਣ ਕਾਬੂ ਕਰ ਲਿਆ ਕਿਉਂਕਿ ਉੱਥੇ ਕਾਫੀ ਭੀੜ ਇਕੱਠੀ ਹੋ ਗਈ ਸੀ ਤੇ ਇਹਨੂੰ ਦਬੋਚ ਕੇ ਇਹਨੂੰ ਇਹਨੂੰ ਕੁੱਟਿਆ ਗਿਆ ਉੱਥੇ ਕਿਉਂਕਿ ਦੱਸਿਆ ਜਾ ਰਿਹਾ ਕਿ ਇਹ ਲੋਕਾਂ ਨੂੰ ਲਗਾਤਾਰ ਜੋ ਵੀ ਸਾਹਮਣੇ ਆ ਰਹੇ ਸੀਗਾ ਉਹਦੇ ਨਾਲ ਕੁੱਟਮਾਰ ਕਰ ਰਿਹਾ ਸੀਗਾ ਲੇਕਿਨ ਬਾਅਦ ਚ ਪਤਾ ਲੱਗਾ ਕਿ ਇਹ ਮੈਂਟਲੀ ਡਿਸਟਰਬ ਹੈ ਦੀ ਮੈਡੀਸਿਨ ਚੱਲ ਰਹੀ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਇਸ ਨੂੰ ਅੱਜ ਪੁਲਿਸ ਵੱਲੋਂ ਕਾਬੂ ਕਰ ਲਈ ਗਈ। ਮੌਕੇ ਤੋਂ ਕੈਮਰਾਮੈਨ ਅਜੀ ਕੁਮਾਰ ਨਾਲ ਮਨੋਜ ਰਾਠੀ ਨਿਊਜ਼ 8 ਦੀ ਟੀਮ।